ਦੀਆਂ ਲਾੜਲੀਆਂ ਫੌਜਾਂ ਦਾ ਜਿਹੜਾ ਹੜ ਆਇਆ ਹੋਇਆ ਆਪਣੇ ਸ੍ਰੀ ਅਨੰਦਪੁਰ ਸਾਹਿਬ ਵਿਖੇ, ਤੇ ਇੱਥੇ ਜਿਹੜਾ ਜੋਸ਼ ਭਰਨ ਵਾਸਤੇ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਜਿੱਥੇ ਉਹਨਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ, 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ, ਤੇ ਅੱਜ ਨਿਹੰਗ ਸਿੰਘ ਗੁਰੂ ਦੀਆਂ ਲਾੜਦੀਆਂ ਫੌਜਾਂ ਉਹ ਵਿਰਸੇ ਨੂੰ ਸਾਂਭ ਕੇ ਸਾਂਭਿਆ ਹੋਇਆ ਜਿਹਨਾਂ ਨੇ, ਤੇ ਅੱਜ ਜਿਹੜੇ ਵਿਸ਼ਾਲ ਜਿਹੜੇ ਕੱਲ ਵੀ ਤੇ ਅੱਜ ਵੀ ਜਿਹੜੇ ਹੈ ਇੰਟਰਨੈਸ਼ਨਲ ਜਿਹੜੇ ਗੱਤਕਾ ਮੁਕਾਬਲੇ ਜੋ ਗੁਰੂ ਸਾਹਿਬ ਨੇ 1700 ਦੇ ਵਿੱਚ ਪਹਿਲੇ ਜੰਗਜੂ ਪਰਤਵ ਖਾਲਸੇ ਨੂੰ ਬਖਸ਼ਿਸ਼ ਕੀਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਨਾਉਂਦੇ ਆ ਰਹੇ ਨੇ, ਤੇ ਜਿੱਥੇ ਗੱਤਕੇ ਦੇ ਉੱਥੇ ਘੋੜਸਵਾਰੀ ਤੇ ਜੋਹਰ ਵੀ ਸਿੰਘਾਂ ਨੇ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰਨਾ। ਸਤਿ ਸ਼੍ਰੀ ਅਕਾਲ। I'm a photographer from London, really excited to be at Hola Mahalla. This is the first time I've been, I've seen some amazing photos and I wanted to experience it myself, experience it for the first time, and already on day one it's incredibly exciting. The people have been so hospitable, yeah, just very, very excited and thrilled to be here. I am Italian. Hola Mahalla is a wonderful festival, wonderful manifestation, amazing, full of colors. And this is not my first time in India, but my first time in Anandpur Sahib.